ਕੰਗ ਸਾਹਿਬ ਸਮਾਈਲ ਬੜਾ ਕੁਝ ਕਹਿੰਦੀ ਹੈ। ਨਹੀਂ ਸਮਾਈਲ ਤੇ ਦੇਖੋ ਪਰਮਾਤਮਾ ਦੀ ਕਿਰਪਾ ਹੈ ਜੀ, ਪਾਰਟੀ ਲੀਡਰਸ਼ਿਪ ਦੀ, ਮਾਨ ਸਾਹਿਬ ਦੀ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਵੱਡਾ ਮੇਰੇ ਤੇ ਮਤਲਬ ਇੱਕ ਉਹਨਾਂ ਦਾ ਆਸ਼ੀਰਵਾਦ ਹੈ ਕਿ ਉਹਨਾਂ ਨੇ ਮੇਰੇ ਤੇ ਇੱਕ ਸਧਾਰਨ ਮਤਲਬ ਵਰਕਰ ਤੇ ਏਡਾ ਵੱਡਾ ਭਰੋਸਾ ਜਤਾਇਆ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਲੋਕ ਸਭਾ ਤੇ ਮੈਨੂੰ ਉਮੀਦਵਾਰ ਐਲਾਨ ਕੇ। ਸੋ ਮੈਂ ਸਾਰੇ ਪਰਮਾਤਮਾ ਦਾ ਜਿੱਥੇ ਸ਼ੁਕਰਗੁਜ਼ਾਰ ਹੈ ਉੱਥੇ ਆਪਣੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰ। ਕੰਗ ਸਾਹਿਬ, ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਸਿਰ ਤੇ ਤੁਹਾਡੇ ਖਾਲਸੇ ਵਾਲੀ ਪੱਗ ਬੰਨੀ ਹੈ, ਗਲ ਚ ਸਰੋਪਾ ਸਾਹਿਬ ਆ, ਜ਼ਿੰਮੇਵਾਰੀ ਬਹੁਤ ਵੱਡੀ ਇਸ ਸੀਟ ਦੀ, ਹਾਲਾਂਕਿ ਇਸ ਸੀਟ ਤੇ ਕਾਂਗਰਸ ਵੀ ਜਿੱਤਦੀ ਰਹੀ, ਅਕਾਲੀ ਦਲ ਜਿਹੜਾ ਉਹ ਵੀ ਜਿੱਤਦਾ ਰਿਹਾ, ਹੁਣ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਚੋਣ ਮੈਦਾਨ ਦੇ ਵਿੱਚ, ਪਹਿਲਾਂ ਤੁਹਾਡੇ ਹੱਥ ਸੀਟ ਜਿਹੜੀ ਆ ਤੁਹਾਡੇ ਉਮੀਦਵਾਰ ਦੇ ਨਹੀਂ ਆਈ, ਤਾਂ ਸੀਟ ਜਿੱਤਣਾ ਇੱਕ ਵੱਖਰੀ ਗੱਲ ਹੈ, ਸੀਟ ਤੇ ਜ਼ਿੰਮੇਵਾਰੀ ਨਿਭਾਉਣਾ ਇੱਕ ਵੱਖਰੀ ਗੱਲ ਹੈ। ਦੇਖੋ ਦੋ ਗੱਲਾਂ ਹੈ, ਡੈਫੀਨੇਟਲੀ ਅਸੀਂ ਅਜੇ ਤੱਕ ਕਾਮਯਾਬੀ ਤੇ ਨਹੀਂ ਮਿਲੀ, ਲੇਕਿਨ ਹੁਣ ਮਿਲੂਗੀ, ਉਹਦਾ ਕਾਰਨ ਹੈ, ਬੁਨਿਆਦੀ ਕਾਰਨ ਇਹ ਆ, ਇੱਕ ਤੇ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ 'ਚ ਬਹੁਤ ਲੋਕ ਪੱਖੀ ਫੈਸਲੇ ਲਏ ਆ, ਬਹੁਤ ਚਾਹੇ ਨੌਕਰੀਆਂ ਦੇਣ ਦੀ ਗੱਲ ਮੈਰਿਟ 'ਤੇ, ਚਾਹੇ ਇਰੀਗੇਸ਼ਨ ਵਾਟਰ ਪਹੁੰਚਾਉਣ ਦੀ, ਖੇਡਾਂ ਨੂੰ ਪ੍ਰਮੋਟ ਕਰਨ ਦੀ, ਬਿਜਲੀ ਫਰੀ, ਘਰ ਘਰ ਰਾਸ਼ਨ ਫਰੀ, ਕਰਪਸ਼ਨ 'ਤੇ ਠੱਲ, ਸੋ ਤਮਾਮ ਚੰਗੇ ਹੈਲਥ ਸੈਂਟਰ, 1.5 ਕਰੋੜ ਲੋਕਾਂ ਨੇ ਇਲਾਜ ਕਰਾਇਆ, ਇੱਕ ਪਾਸੇ 'ਤੇ ਮਾਨ ਸਾਹਿਬ ਦੇ ਦੋ ਸਾਲ ਦੀਆਂ ਚੰਗੀਆਂ ਨੀਤੀਆਂ, ਦੂਜਾ ਸਭ ਤੋਂ ਵੱਡਾ ਕਾਰਨ ਹੈ। ਵਿਰੋਧੀ ਤਾਂ ਕਹਿੰਦੇ ਆ ਬਿਆਨ ਵਾਲੇ, ਉਹਦੇ ਗੱਲਾਂ ਬਾਤਾਂ ਵਾਲੀਆਂ ਕਰਦਾ, ਦੂਜਾ ਵੱਡਾ ਕਾਰਨ ਇਹ ਰਹੂਗਾ ਕਿ ਜਿਹੜੇ ਲੋਕਾਂ ਨੇ ਹਜੇ ਤੱਕ ਇੱਥੇ ਚੋਣ ਲੜੀ ਔਰ ਜਿੱਤਿਆ, ਉਹਨਾਂ ਨੇ ਹਮੇਸ਼ਾ ਹੀ ਇਸ ਪਵਿੱਤਰ ਧਰਤੀ ਦੇ ਜਿਹੜੇ ਵੋਟਰ ਹੈ ਉਹਨਾਂ ਨਾਲ ਦਗਾ ਕਮਾਇਆ, ਉਹਨਾਂ ਨੇ ਕਦੀ ਵੀ ਇਸ ਧਰਤੀ ਬਾਰੇ, ਇੱਥੋਂ ਦੇ ਲੋਕਾਂ ਬਾਰੇ ਫਿਕਰ ਨਹੀਂ ਕੀਤੀ, ਫਿਕਰ ਕੀਤੀ ਤੇ ਆਪਣੇ ਐਮਪਾਇਰ ਖੜੇ ਕਰਨ ਦੀ ਔਰ ਆਪਣੀਆਂ ਅਗਲੀਆਂ ਜਨਰੇਸ਼ਨਾਂ ਦਾ ਰਾਜਨੀਤਿਕ ਭਵਿੱਖ ਬਚਾਉਣ ਲਈ। ਅਸੀਂ ਮਾਨ ਸਾਹਿਬ ਦੀ ਅਗਵਾਈ 'ਚ ਲੜਾਈ ਲੜ ਰਹੇ ਹਾਂ ਪੰਜਾਬ ਦੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ। ਕੰਗ ਸਾਹਿਬ, ਚੁਣੌਤੀਆਂ ਕੀ ਦੇਖਦੇ ਹੋ ਇਸ ਵੇਲੇ, ਕਿਉਂਕਿ ਤੁਸੀਂ ਤਾਂ ਚੋਣ ਮੈਦਾਨ ਨਿਤਰੇ, ਹਲੇ ਉੱਧਰ ਅਕਾਲੀ ਦਲ ਕਸ਼ਮਕਸ਼ ਕਰ ਰਿਹਾ, ਹਲੇ ਕਾਂਗਰਸ ਨੇ ਆਪਦਾ ਦੇਖਣਾ ਹਿਸਾਬ ਕਿਤਾਬ, ਐਸੇ ਹਾਲਾਤਾਂ ਦੇ ਵਿੱਚ ਕਿਵੇਂ ਦੇਖਦੇ ਹੋ, ਸਾਹਮਣੇ ਚੁਣੌਤੀਆਂ ਕੀ ਨੇ? ਦੇਖੋ ਮੈਂ, ਜੇ ਤਾਂ ਤੁਸੀਂ ਪੋਲੀਟੀਕਲ ਪੁਆਇੰਟ ਆਫ ਵਿਊ ਨਾਲ, ਪੋਲੀਟੀਕਲ ਰਾਜਨੀਤਿਕ ਪਾਰਟੀਆਂ ਦੇ ਪੁਆਇੰਟ ਆਫ ਵਿਊ ਨਾਲ ਪੁੱਛ ਰਹੇ ਹੋ ਸਵਾਲ, ਫਿਰ ਤਾਂ ਮੈਂ ਇੱਕੋ ਦੋ ਲੈਣਾ, ਕਿਉਂ ਪੜੇ ਹੋ ਚੱਕਰ ਮੈਂ, ਕੋਈ ਨਹੀਂ ਹੈ ਟੱਕਰ ਮੈਂ, ਕੋਈ ਇਹਨਾਂ ਦਾ ਵਜੂਦ ਨਹੀਂ, ਇਹ ਨਕਾਰੇ ਲੋਕ ਹੈ, ਇਹ ਹਮੇ ਪੰਜਾਬ ਦੇ ਲੋਕਾਂ ਨੇ ਇਹਨਾਂ 'ਚ ਕੋਈ ਇਹਨਾਂ ਦੀ ਕ੍ਰੈਡੀਬਿਲਟੀ ਨਹੀਂ ਹੈ, ਇਹਨਾਂ ਨੂੰ ਬਹੁਤ ਲੰਮਾ ਸਮਾਂ ਜਿਹੜਾ ਆ ਪੰਜਾਬ 'ਤੇ ਨੁਮਾਇੰਦਗੀ ਕਰਨ ਦਾ ਵਿਧਾਨ ਸਭਾ ਲੋਕ ਸਭਾ 'ਚ ਮਿਲਿਆ, ਸਾਰੇ ਜਿਹੜੇ ਆ ਰਿਜੈਕਟਡ ਲੋਕ ਆ, ਜਿਹੜੇ ਮਰਜ਼ੀ ਆ ਜਾਣ, ਹਜੇ ਕੋਈ ਤੀਜਾ ਨਾ ਆਉਂਦਾ, ਚੌਥਾ ਆਉਂਦਾ, ਜਿਹੜੇ ਮਰਜ਼ੀ ਆ ਜਾਣ, ਲੇਕਿਨ ਔਰ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਟੇਸਟ ਟੈਸਟਡ ਹੈ ਲੇਕਿਨ ਫੇਲ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਤਾਂ ਕਹਿੰਦੇ ਰਹੇ ਕੱਟੜ ਇਮਾਨਦਾਰ ਸੀ, ਤੇ ਨਿਕਲ ਕੇ ਕਹਿੰਦੇ, ਹੁਣ ਮੈਂ ਸ਼ਬਦ ਵੀ ਨਹੀਂ ਮਿਲਦਾ ਵਰਤਣਾ ਚਾਹੀਦਾ, ਉਹ ਕਹਿੰਦੇ ਅੰਦਰ ਬੈਠੇ ਨੇ ਤਾਂ ਕਰਕੇ। ਦੇਖੋ ਬਰਾੜ ਸਾਹਿਬ, ਗੱਲ ਬੜੀ ਸਪਸ਼ਟ ਹੈ, ਜੇ ਅਸੀਂ ਅੱਜ ਭਾਜਪਾ ਜੁਆਇਨ ਕਰ ਲਈਏ, ਜਿਸ ਤਰ੍ਹਾਂ ਅਜੀਤ ਪਵਾਰ ਨੇ ਜੁਆਇਨ ਕੀਤੀ, ਜਿਸ ਤਰ੍ਹਾਂ ਸ਼ਗਨ ਭੁਜਬਲ, ਤੁਸੀਂ ਤਾਂ ਜੇ ਕਰ ਲਈ ਤਾਂ ਕਹਿਣਗੇ ਘਰ ਵਾਪਸੀ ਹੋ ਗਈ। ਮੈਂ ਉਹੀ ਕਹਿ ਰਿਹਾ, ਜੇ ਅਸੀਂ ਹੇਮੰਤ ਬਿਸਵਾ ਸ਼ਰਮਾ ਵਾਂਗੂ ਜੁਆਇਨ ਕਰ ਲਈਏ ਭਾਜਪਾ, ਫਿਰ ਤਾਂ ਅਸੀਂ ਬਣ ਜਾਣਾ ਦੁੱਧ ਧੁੱਪੇ, ਲੇਕਿਨ ਬਹੁਤ ਸੀਰੀਅਸ ਨੋਟ 'ਤੇ ਮੈਂ ਗੱਲ ਕਰ ਰਿਹਾ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਔਰ ਭਗਤ ਸਿੰਘ ਜੀ ਵਰਗੇ ਮਹਾਨ ਲੋਕਾਂ ਦੀ ਸ਼ਹਾਦਤ ਤੋਂ ਮਿਲੀ ਆਜ਼ਾਦੀ ਨੂੰ, ਲੋਕਸ਼ਾਹੀ ਨੂੰ ਬਚਾਉਣ ਦੀ ਜਿਹੜੀ ਇਹ ਲੜਾਈ ਆ, ਉਹ ਲੜਾਈ ਦੀ ਅਗਵਾਈ ਅਰਵਿੰਦ ਕੇਜਰੀਵਾਲ ਜੀ ਬਹੁਤ ਮਜ਼ਬੂਤੀ ਨਾਲ ਲੜ ਰਹੇ ਆ। ਤੁਸੀਂ ਤਾਂ ਵੈਸੇ, ਚਲੋ ਮੈਂ ਉਹ ਕੋਈ ਤੰਗ ਨਹੀਂ ਕਰ ਰਿਹਾ, ਤੁਸੀਂ ਰਹੇ ਹੋ ਬੀਜੇਪੀ ਦੇ ਵਿੱਚ, ਤੁਹਾਨੂੰ ਕੀ ਲੱਗਾ ਕਿ ਗੜਬੜ ਕਿੱਥੇ ਆ, ਜੇ ਤੁਹਾਨੂੰ ਤੁਸੀਂ ਬੀਜੇਪੀ ਛੱਡੀ ਆਮ ਆਦਮੀ ਪਾਰਟੀ 'ਚ ਆਏ, ਤੁਹਾਨੂੰ ਗੜਬੜ ਕਿੱਥੇ ਲੱਗੀ? ਦੇਖੋ ਬੀਜੇਪੀ ਦਾ ਜਿਹੜਾ ਪੂਰਾ ਏਜੰਡਾ ਹੈ ਉਹ ਨਫ਼ਰਤ ਦਾ ਏਜੰਡਾ ਹੈ, ਔਰ ਜਦੋਂ ਐਂਟੀ ਫਾਰਮਰ ਬਿੱਲ, ਕਿਸਾਨ ਵਿਰੋਧੀ ਬਿੱਲ ਇਹਨਾਂ ਨੇ ਬਣਾਏ ਆ,
ਤੇ ਮੈਂ ਸਭ ਤੋਂ ਪਹਿਲਾਂ ਉਹ ਤੋਂ ਰਿਜ਼ਾਈਨ ਕੀਤਾ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਨਾਲ ਖੜੇ ਹਾਂ। ਔਰ ਇੱਕ ਸਮਰਥਨ ਜੁਟਾਉਣ ਦੀ ਕੋਸ਼ਿਸ਼ ਸ਼੍ਰੀ ਅਨੰਦਪੁਰ ਸਾਹਿਬ ਔਰ ਨੈਣਾ ਦੇਵੀ ਤੱਕ ਮਲਵਿੰਦਰ ਕੰਗ ਹੋਰਾਂ ਨੇ ਜਾਣਾ ਕਿਉਂਕਿ ਅੱਜ ਸ਼ੁਰੂਆਤ ਕਰਨ ਲੱਗੇ ਨੇ। ਕੰਗ ਸਾਹਿਬ ਆਪਾਂ ਫਿਰ ਵਾਪਸ ਆਉਣੇ ਆ, ਤੁਹਾਡੇ ਚਾਹੁਣ ਵਾਲੇ ਆ ਗਏ ਸੀ। ਤਾਂ ਕੰਗ ਸਾਹਿਬ ਐਸੇ ਹਾਲਾਤਾਂ ਦੇ ਵਿੱਚ ਸਿਚੁਏਸ਼ਨ ਐਕਚੁਅਲ ਦੇ ਵਿੱਚ ਕਿੱਥੇ ਦੇਖਦੇ ਹੋ? ਦੇਖੋ ਹਾਲਾਂਕਿ ਜਿਵੇਂ ਤੁਸੀਂ ਕਿਹਾ ਕੋਈ ਨਹੀਂ ਹੈ ਟੱਕਰ ਮੇਂ, ਪਰ ਟੱਕਰ ਤਾਂ ਦੇਖੋ ਹੁੰਦੀ ਆ, ਤਾਂ ਟੱਕਰ ਉਹ ਕਿਹਦੇ ਨਾਲ ਲੱਗਦੀ ਹੈ ਤੁਹਾਨੂੰ? ਮੇਰੀ ਗੱਲ ਸੁਣੋ, ਮੈਂ ਮਤਲਬ ਹਵਾ 'ਚ ਨਹੀਂ ਟੁੱਲ ਲਾਇਆ। ਟੱਕਰ ਮਤਲਬ ਵੀ ਪੰਜਾਬ ਦੇ ਲੋਕਾਂ ਨੇ 2022 ਜਿਸ ਤਰੀਕੇ ਨਾਲ ਮੈਂਡੇਟ ਦਿੱਤਾ ਆ, ਇਹ ਤਾਂ ਇਹ ਤੋਂ ਸਮਝਣਾ ਉਹਨਾਂ ਦੀ ਰਾਜਨੀਤਿਕ ਜਿਹੜੀ ਸੂਝਬੂਝ ਹੈ ਪੰਜਾਬ ਦੇ ਲੋਕਾਂ ਦੀ ਉਹ ਬਹੁਤ ਵੱਡੇ ਲੈਵਲ ਦੀ ਆ। ਹੁਣ ਉਹ ਇਹ ਭਾਈ ਭਤੀਜਾਵਾਦ ਪੀੜ੍ਹੀ ਦਰ ਪੀੜ੍ਹੀ ਧਰਮਾਂ ਦੇ ਨਾਂ 'ਤੇ ਵਰਗਾਂ ਦੇ ਨਾਂ 'ਤੇ ਰਾਜਨੀਤੀ ਵੰਡ ਕੇ ਇਲੈਕਸ਼ਨ ਨਹੀਂ ਜਿੱਤ ਸਕਦੇ। ਹੁਣ ਸਿਰਫ ਔਰ ਸਿਰਫ ਪੰਜਾਬ ਦੇ ਭਵਿੱਖ ਨੂੰ ਲੈ ਕੇ ਜਿਹੜਾ ਫਿਕਰਮੰਦ ਹੈ, ਜਿਹੜਾ ਕੰਮ ਕਰ ਰਿਹਾ, ਜਿਹੜਾ ਡਿਲੀਵਰ ਕਰੂਗਾ, ਉਹਨੂੰ ਲੋਕ ਵੋਟ ਪਾਉਣਗੇ। ਮੁੱਖ ਮੰਤਰੀ ਜੀ ਦੀ ਜਿਹੜੀ ਕ੍ਰੈਡੀਬਿਲਟੀ ਆ ਉਹਦਾ ਕੋਈ ਤੋੜ ਨਹੀਂ ਹੈ, ਅਤੇ ਕੈਂਡੀਡੇਟ ਦੀ ਵੀ ਜਿਹੜੀ ਸਾਫ਼ ਸੁਥਰੀ ਛਵੀ ਵਾਲੇ ਹੋਣਗੇ। ਔਰ ਮੈਂ ਪੂਰੇ ਭਰੋਸੇ ਨਾਲ ਔਰ ਗੁਰੂ ਸਾਹਿਬ ਤੋਂ ਡਰ ਕੇ ਇਹ ਗੱਲ ਕਹਿੰਦਾ ਕਿ 24 ਸਾਲ ਦਾ ਸਮਾਜਿਕ ਜੀਵਨ ਹੈ, ਕੋਈ ਉਂਗਲ ਨਹੀਂ ਖੜੀ ਕਰ ਸਕਦਾ, ਹਮੇਸ਼ਾ ਹੀ ਲੋਕ ਹਿੱਤ ਦੀ ਲੜਾਈ ਲੜੀ। ਚਲੋ, ਸਾਹਮਣੇ ਕਿਹਨੂੰ ਦੇਖਦੇ ਹੋ? ਅਕਾਲੀ ਦਲ ਹੈ, ਕਾਂਗਰਸ ਹੈ, ਬੀਜੇਪੀ ਹੈ? ਦੇਖੋ, ਮੈਨੂੰ ਲੱਗਦਾ ਹੈ ਬੀਜੇਪੀ ਤੇ ਜਿਹੜੀ ਆ ਉਹਦੀ ਰਾਜਨੀਤੀ ਤੇ ਕਿਹੜਾ ਲੱਗਦਾ ਤੁਹਾਨੂੰ ਕਿ ਉੱਥੇ ਤੁਹਾਡਾ ਫਾਈਟ ਆ ਜਿਹੜੀ ਰਹੀ? ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ, ਉਹ ਨਫ਼ਰਤ ਦੀ ਰਾਜਨੀਤੀ ਕਰਦੇ ਆ, ਔਰ ਨਫ਼ਰਤ ਦੇ ਖਿਲਾਫ਼ ਸਭ ਤੋਂ ਵੱਡਾ ਸੁਨੇਹਾ ਗੁਰੂ ਸਾਹਿਬ ਨੇ ਇਸ ਧਰਤੀ ਤੋਂ ਦਿੱਤਾ ਆ। ਜਦੋਂ ਜੋ ਖਾਲਸੇ ਦੀ ਸਥਾਪਨਾ ਕੀਤੀ ਤੇ ਦਬੇ ਕੁਚਲੇ ਲੋਕਾਂ ਨੂੰ ਸਮਾਜਿਕ ਏਕਤਾ ਤੇ ਭਾਈਚਾਰਕ ਸਾਂਝ, ਮਾਨਸ ਕੀ ਜਾ ਸਭੇ ਏਕ ਕੇ ਪਹਿਚਾਨਵੋ, ਸੋ ਇਸ ਕਰਕੇ ਉਸ ਨਫ਼ਰਤ ਦੀ ਰਾਜਨੀਤੀ ਦੀ ਕੋਈ ਜਗ੍ਹਾ ਨਹੀਂ। ਇੱਕ ਕਾਂਗਰਸ ਦੇ ਪੱਲੇ ਹੀ ਕੁਛ ਨਹੀਂ, ਕਿਉਂਕਿ ਕਾਂਗਰਸ ਹੀ ਪਤਾ ਹੀ ਨਹੀਂ ਹੈ ਕਿਹੜਾ ਕਿਹੜੀ ਪਾਰਟੀ 'ਚ ਹੈ ਅਤੇ ਕਿਹੜਾ ਕਿਹੜੀ ਪਾਰਟੀ 'ਚ। ਰਹੀ ਅਕਾਲੀ ਦਲ ਦੀ ਗੱਲ, ਅਕਾਲੀ ਦਲ ਤਾਂ ਹੈ ਨਹੀਂ, ਉਹ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਬਾਦਲ ਦੇ ਲੋਕਾਂ ਦੀ ਲੜਾਈ ਸਿਰਫ ਔਰ ਸਿਰਫ ਆਪਣੇ ਬੱਚਿਆਂ ਦੇ ਰਾਜਨੀਤਿਕ ਭਵਿੱਖ ਨੂੰ ਬਚਾਉਣ ਦੀ ਆ, ਜਾਂ ਕਿਤਰਾ ਉਹ ਜਵਾਬ ਦੇ ਲੈਣੀ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਾਈ, ਜਿਸ ਤਰੀਕੇ ਨਾਲ ਉਹਨੇ ਪੰਜਾਬ ਦੇ ਨੌਜਵਾਨਾਂ ਨੂੰ ਬਾਦਲ ਪਰਿਵਾਰ ਨੇ ਗੈਂਗਸਟਰ ਬਣਾਇਆ, ਜਿਸ ਤਰੀਕੇ ਨਾਲ ਪੰਜਾਬ ਰੋਡਵੇਜ ਘਾਟੇ 'ਤੇ ਬੱਸਾਂ ਦਾ ਫਲੀਟ ਆਪਣਾ ਤਿਆਰ ਕਰਵਾਇਆ, ਜਿਸ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਚੜ੍ਹਾਇਆ ਅਤੇ ਆਪਣੇ ਜਿਹੜੇ ਆ ਸੁੱਖ ਵਿਲਾ ਬਣਾਏ, ਅਤੇ ਇਹ ਕਿਤਰਾ ਲੋਕਾਂ ਕੋਲ ਵੋਟ ਮੰਗ ਲੈਣਗੇ, ਕਿਹੜੇ ਮੂੰਹ ਨਾਲ ਮੰਗਣਗੇ? ਸੋ ਇਹਨਾਂ ਦਾ ਉਹ ਮਾਨ ਸਾਹਿਬ ਨੇ ਕੱਲ੍ਹ ਇੱਕ ਗੱਲ ਸੁਣਾਈ ਖਟਕੜ ਕਲਾ, ਕਹਿੰਦੇ ਇੱਕ ਜਥੇਦਾਰ ਨਾ ਰੋਜ਼ ਅਰਦਾਸ ਕਰਨ ਜਾਂਦਾ ਸੀ ਗੁਰਦੁਆਰੇ, ਅਤੇ ਇੱਕ ਬੰਦੇ ਨੇ ਪੁੱਛ ਲਿਆ, ਭਰਾਵਾ ਵੀ ਅਰਦਾਸ ਇਸ ਕਰਕੇ ਕਰਾਉਣ ਜਾਂਦੇ ਹੋ ਕਿ ਟਿਕਟ ਮਿਲ ਜਾਏ ਤੁਹਾਨੂੰ ਅਕਾਲੀ ਦਲ ਬਾਦਲ ਵੱਲੋਂ? ਕਹਿੰਦਾ ਨਹੀਂ, ਅਰਦਾਸ ਇਸ ਕਰਕੇ ਕਰਨ ਜਾਂਦਾ, ਹੋਰ ਰੱਬਾ ਕਿਤੇ ਮੈਨੂੰ ਟਿਕਟ ਨਾ ਬਾਦਲ ਪਰਿਵਾਰ ਦੇ ਦੇ। ਅਤੇ ਇਹ ਹਾਲ ਹੈ ਅਕਾਲੀ ਦਲ ਦਾ। ਦੇਖੋ, ਸਭ ਤੋਂ ਵੱਧ ਤੇ ਜਿਹੜੀਆਂ ਸੰਭਾਵਨਾਵਾਂ ਉਸ ਧਰਤੀ 'ਤੇ ਉਸ ਪੂਰੇ ਲੋਕ ਸਭਾ ਖੇਤਰ 'ਚ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ, ਜਿਹਦੇ 'ਤੇ ਬਹੁਤ ਸਾਰਾ ਕੰਮ ਨਹੀਂ ਹੋਇਆ, ਕੋਈ ਕੰਮ ਨਹੀਂ ਹੋਇਆ। ਮਾਨ ਸਾਹਿਬ ਨੇ ਉਹਦੇ ਬਾਰੇ ਇੱਕ ਪਲਾਨ ਤਿਆਰ ਕੀਤਾ, ਲੇਕਿਨ ਸੈਂਟਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ। ਅਕਾਲੀ ਦਲ ਕਹਿੰਦਾ ਵੈਸੇ ਵਿਰਾਸਤ ਖਾਲਸਾ ਵਗੈਰਾ ਕਾਫੀ ਕੁਝ ਠੀਕ ਹੈ, ਅਕਾਲੀ ਦਲ ਨੇ ਜਿੰਨੇ ਕੁ ਵੋਟਾਂ ਲੈਣ ਵਾਸਤੇ ਕੀਤਾ ਆ, ਲੇਕਿਨ ਉਹ ਬਹੁਤ ਜ਼ਿਆਦਾ ਸੰਭਾਵਨਾਵਾਂ ਕੰਡੀ ਦਾ ਏਰੀਆ ਜਿਹੜਾ ਸਾਰੇ, ਦੂਜਾ ਪੁਆਧ ਦਾ ਸਾਡਾ ਜਿਹੜਾ ਏਰੀਆ ਮੋਹਾਲੀ ਰੋਪੜ, ਉੱਥੇ ਨਹਿਰੀ ਪਾਣੀ ਦੀ ਬਹੁਤ ਵੱਡੀ ਲਾਗੋ ਨਹਿਰਾਂ ਵਗ ਰਹੀਆਂ, ਲੇਕਿਨ ਇੱਥੇ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ। ਤੀਸਰੀ, ਮੈਂ ਨਿੱਜੀ ਤੌਰ ਪਾਣੀ ਆਉਂਦਾ ਉਦੋਂ ਡੁੱਬਦਾ ਵੀ ਹੈ। ਆਹੋ ਨਹੀਂ, ਲੇਕਿਨ ਖੇਤੀ ਵਾਸਤੇ ਨਹਿਰੀ ਪਾਣੀ ਨਹੀਂ ਮਿਲ ਰਿਹਾ। ਜਿਹੜਾ ਇਹ ਏਰੀਆ ਨਾ, ਇੱਥੇ ਸਪੋਰਟਸ ਦੀ ਬੜੀ ਸੰਭਾਵਨਾ, ਬਤੌਰ ਸਪੋਰਟਸਮੈਨ ਮੈਂ ਸਮਝਦਾ ਬਲਾਚੌਰ ਬੰਗਾ ਨਵਾਂਸ਼ਹਿਰ ਫੁੱਟਬਾਲ ਔਰ ਵਾਲੀਬਾਲ ਦੀਆਂ ਅਕੈਡਮੀਆਂ ਜਿਹੜੀਆਂ ਆ ਉਹ ਸਥਾਪਿਤ ਹੋਣੀਆਂ ਚਾਹੀਦੀਆਂ, ਅਤੇ ਵਾਟਰਸ ਗੇਮ ਜਿਹੜੇ ਰੋਪੜ ਨੰਗਲ 'ਚ ਵਾਟਰਸ ਗੇਮ ਜਿਹੜੇ ਆ ਉਹਦੇ ਵਾਸਤੇ ਬਹੁਤ ਸੰਭਾਵਨਾ। ਇਸ ਤਰ੍ਹਾਂ ਦੇ ਤਮਾਮ ਮਤਲਬ ਕੰਮ ਹੈ ਜਿਹੜੇ ਲੋਕਾਂ ਵਾਸਤੇ ਕੀਤੇ ਜਾ ਸਕਦੇ ਸੈਂਟਰ ਸਰਕਾਰ ਦੀ ਮਦਦ ਲੈ ਕੇ।